ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਇਤਮਾਦ ਟੀਵੀ ਅਤੇ ਮੈਂ ਤੁਹਾਡਾ ਦੋਸਤ ਮਨਜ਼ੂਰ ਅਹਿਮਦ। ਦੋਸਤੋ, ਪਹਿਲੇ ਵੀ ਕੋਸ਼ਿਸ਼ ਕਰੀ ਦੀ ਤੁਹਾਡੇ ਵਾਸਤੇ ਸੋਹਣੇ ਖੂਬਸੂਰਤ ਨਸਲਦਾਰ ਜਾਨਵਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਈਏ। ਅੱਜ ਲੈ ਕੇ ਆਏ ਇੱਕ ਮਾਸ਼ਾਅੱਲਾ ਪਹਿਲਨ ਜੋਟੀ, ਖੂਬਸੂਰਤ ਹੈ, ਸੋਣ ਨੂੰ ਕੁਛ ਦਿਨ ਲੈਂਦੀ ਹੈ, ਬਾਕੀ ਡਿਟੇਲ ਮਾਲਕ ਨੂੰ ਪੁੱਛਣੇ ਹੈ। ਜੋਟੀ ਵੇਖੋ, ਕੈਮਰਾਮੈਨ ਜੋਟੀ ਵੇਖਾਉਂਦਾ। ਜੋਟੀ ਵੇਖਣ ਤੋਂ ਪਹਿਲੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ, ਵੀਡੀਓ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ ਅਤੇ ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਬਿਲਕੁਲ ਆਸਾਨੀ ਦੇ ਨਾਲ ਤੁਹਾਡੇ ਤੱਕ ਪਹੁੰਚ ਸਕੇ। ਦਿਖਾਓ ਜੋਟੀ, ਫਿਰ ਮਾਲਕ ਨੂੰ ਡਿਟੇਲ ਪੁੱਛਣੇ ਇਹਦੇ। ਸਾਰੇ ਪਾਸੇ ਆਪੇ ਵੀ ਖੜ ਜਾਂਦੇ ਕੁੰਜ ਮਗਰੂ ਹੋ ਕੇ ਨਾ ਪਰਾਂ ਦਾ ਸਾਹ ਪਿਛੇ ਹੋ ਜਾ ਯਾਰ ਡਰੀ ਕਰ ਨਹੀਂ ਕੁੰਜ ਰੇ ਨਾ ਪਾ ਨਾ ਪਾ ਅੱਖਾਂ ਦਿਖਾ ਦਾ ਮੈਂ ਅੱਛੀ ਤਰ੍ਹਾਂ ਕੰਮ ਛੱਡ ਦੇ ਮੈਂ ਖਾ ਦੇ ਮੈਂ ਪਿਛਾ ਅੱਗੋਂ ਵੀ ਕਰਕੇ ਨਾ ਦੋਨਾਂ ਸਾਈਡਾਂ ਨੂੰ ਦਿਖਾ ਦਿੰਦੇ ਸਾਰੀ ਮੁਕੰਮਲ ਇੱਕ ਵਾਰੀ ਜੋਟੀ ਦੋਸਤਾਂ ਦੀ ਫਰਮਾਇਸ਼ ਹੈ ਕਿ ਕੈਮਰਾਮੈਨ ਨੂੰ ਕਿਹਾ ਕਰੋ ਮੁਕੰਮਲ ਜੋਟੀ ਇੱਕ ਵਾਰੀ ਦਿਖਾਉਣ ਸਾਨੂੰ
ਚੱਲ ਬੋਲਣਾ ਹੈ। ਤਹਿਸੀਲ ਤਾਂਦਲਿਆਂ ਵਾਲਾ ਜ਼ਿਲ੍ਹਾ ਫੈਸਲਾਬਾਦ ਜਿੱਥੇ ਜੋਟੀ ਖਲੋਤੀ ਹੈ। ਦੋਸਤੋ ਇਹ ਬਾਈ ਅਹਿਸਾਨ ਜੋਟੀ ਕਿੰਨੇ ਕੁ ਦਿਨ ਕੱਢਦੀ ਹੈ? ਜੋਟੀ ਤਕਰੀਬਨ 5-6 ਦਿਨ ਕੱਢ ਜਾਣੇ ਜੀ। 5-6 ਦਿਨ ਤਕਰੀਬਨ ਕੋ 5-1 ਦਿਨ ਤਾਂ ਕਨਫਰਮ ਹੈ ਕਿ ਜੋਟੀ ਲੈਂਦੀ ਹੈ ਅਤੇ ਪਹਿਲਾਂ ਜੋਟੀ ਹੈ। ਵੈਸੇ ਤੁਹਾਨੂੰ ਪਹਿਲੇ ਵੀ ਦੱਸਿਆ, ਤੁਸੀਂ ਖੁਦ ਵੀ ਦੇਖ ਲਈ ਪਹਿਲਾਂ ਜੋਟੀ ਹੈ ਮਾਸ਼ਾਅੱਲਾ, ਅਤੇ 5-1 ਦਿਨ ਲੈਂਦੀ ਹੈ। ਅਤੇ ਅਹਿਸਾਨ ਇਹਦੀ ਕੋਈ ਖਸੂਸੀਅਤ ਜਿਹੜੀ ਤੁਸੀਂ ਸਾਨੂੰ ਦੱਸ ਸਕਦੇ ਹੋ? ਮੈਂ ਤਾਂ ਦਿਓ ਵੈਸੇ ਦੱਸ ਸਕਦਾ ਇਹਨਾਂ ਜਿਵੇਂ ਆ ਰਹੀ ਆਪਾਂ ਦੱਸ ਸਕਦੇ ਹਾਂ। ਅਤੇ ਤੁਸੀਂ ਆਰਫ ਵਾਲੇ ਤੋਂ ਲਿਆਂਦੀ ਜੋਟੀ ਬਹੁਤ ਚੰਗੀ ਹੈ, ਬਹੁਤ ਤਸੱਲੀ ਵਾਲੀ ਜੋਟੀ, ਬਹੁਤ ਬਣੇਗੀ ਇਨਸ਼ਾਅੱਲਾ। ਬਹੁਤ ਚੰਗੀ ਜੋਟੀ ਹੈ, ਥਣ ਚੰਗਾ, ਚੱਡਾ ਚੰਗਾ, ਸੋਹਣੀ ਜੋਟੀ ਆਰ ਪਾਸੋਂ। ਮਾਸ਼ਾਅੱਲਾ ਸਾਡੇ ਦੋਸਤਾਂ ਨੇ ਦੇਖੀ ਹੈ, ਦੇਖਦੇ ਵੀ ਜੋਟੀ ਬਹੁਤ ਚੰਗੀ ਹੈ, ਛੋਲਟੀ ਵਾਲੀ ਜੋਟੀ ਹੈ। ਆਰਫ ਵਾਲੇ ਤੋਂ ਲਿਆਂਦੀ? ਆਰਫ ਵਾਲੇ ਕਿਹੜੇ ਲਗਾ? ਆਰਫ ਵਾਲੇ ਤਾਂ ਜ਼ਿਆਦਾ ਉਹ ਨੀਲੀ ਵਜਦੇ ਆ। ਹਾਂਜੀ ਹਾਂਜੀ, ਉਸ ਸਾਈਡ ਤੋਂ ਤੁਸੀਂ ਉਹ ਨੀਲੀ ਨਾਗ ਛੱਡਿਆ ਕਿ ਉੱਥੇ ਨੀਲੀ ਦੇ ਅੱਗੇ ਬੜੇ ਮਸ਼ਹੂਰ ਹਨ। ਹਾਂਜੀ ਹਾਂਜੀ, ਜੋਟੀ ਬਹੁਤ ਚੰਗੀ ਹੈ ਇਨਸ਼ਾਅੱਲਾ। ਚਲੋ ਅੱਲਾ ਖੈਰ ਕਰੇ, ਜਿਹੜੀ ਵੀ ਹੈ ਦੋਸਤਾਂ ਨੇ ਦੇਖ ਲਈ ਹੈ ਮਾਸ਼ਾਅੱਲਾ। ਅੱਛਾ, ਇਹਦੀ ਸਾਨੂੰ ਤਾਂ ਤੁਸੀਂ ਪੱਕੀ ਜੀ ਕੀਮਤ ਦੱਸੋ, ਮੁੜ ਉਸ ਹਿਸਾਬ ਨਾਲ ਦੋਸਤਾਂ ਨੂੰ ਦੱਸਣਾ ਤਾਂ ਤੁਹਾਡੇ ਨਾਲ। ਜੋਟੀ ਦਾ 2,05,000 ਲਵਾਂਗਾ। 2,05,000 ਇਹ ਆਪਣੇ ਬੰਦਿਆਂ ਤੇ 2,00,000 ਐਵੇਂ ਸੌਖਾ ਜਿਹਾ ਨਹੀਂ ਪਾ ਕੇ ਹੋਇਆ ਆਪਣੇ ਇੱਥੋਂ ਦੇ ਇਲਾਕੇ ਦੇ ਬੰਦਿਆਂ ਤੇ ਜਾਂ ਕਿਸੇ ਦੇ ਪਾਸੋਂ ਸਿੱਖ ਕੇ ਹੋਇਆ? ਚੰਗੀ ਸ਼ਾਇਦ ਪੈਂਦੇ ਪੈਣ ਪੈਸੇ ਭਾਈ ਜਾਨ, ਮਾੜੀ ਸ਼ਾਇਦ ਨਹੀਂ, ਚੰਗੀ ਸ਼ਾਇਦ ਪੈਂਦੇ ਪੈਸੇ। ਇਹ ਗੱਲ ਤਾਂ ਤੁਹਾਡੀ ਹੈ, ਚੰਗੀ ਸ਼ਾਇਦ ਮਾਸ਼ਾਅੱਲਾ ਜੋਟੀ ਠੀਕ ਹੈ, ਮੰਨਨੇ ਆ ਹੁਣ ਅਸੀਂ ਤੁਹਾਡੇ ਸਾਹਮਣੇ। ਤੈਨੂੰ ਪਤਾ ਮੈਂ ਜੋਟੀ ਲਿਆਉਣਾ ਸੋਹਣੀ ਲਿਆਉਣਾ, ਜਦੋਂ ਲਿਆਉਣੀ ਜੋਟੀ ਸੋਹਣੀ। ਜੀ ਬਿਲਕੁਲ ਦੋਸਤੋ, ਬਾਈ ਅਹਿਸਾਨ ਕੋਲ ਅੱਗੇ ਵੀ ਅਸੀਂ 2-3 ਜੋਟੀਆਂ ਦਿਖਾਈਆਂ ਨੇ, ਇੱਥੋਂ ਖਰੀਦ ਕੇ ਵੀ ਲੈ ਗਿਆ ਆਪਣਾ ਬਾਈ ਇਮਰਾਨ ਰਾਵਲਪਿੰਡੀ ਤੇ, ਇੱਥੇ ਇਹਨਾਂ ਦੇ ਕੋਲ ਬੜੇ ਖੁਸ਼ ਹਨ, ਬੜੀ ਸੋਹਣੀ ਜੋਟੀ ਆਏਗੀ। ਅਤੇ ਇਹਨਾਂ ਦਾ ਵਪਾਰ ਇਸ ਤਰ੍ਹਾਂ ਦਾ ਹੈ ਤਕਰੀਬਨ ਕਿ 2-2, 3-3 ਜੋਟੀਆਂ ਮਾਸ਼ਾਅੱਲਾ ਅਤੇ ਬੜੀਆਂ ਸੋਹਣੀਆਂ ਅਤੇ ਖੂਬਸੂਰਤ ਜੋਟੀਆਂ ਲੈ ਆਉਂਦੇ ਨੇ। ਪਹਿਲਾਂ ਹੀ ਲੈ ਆਉਂਦੇ ਨੇ ਜ਼ਿਆਦਾਤਰ, ਅਤੇ ਪਹਿਲਾਂ ਅਤੇ ਦੂਜਿਆਂ ਥੋੜ੍ਹੇ ਸਾਈਡ 'ਤੇ ਆ ਜਾਓ, ਪਹਿਲਾਂ ਅਤੇ ਦੂਜਿਆਂ ਲੈ ਆਉਂਦੇ ਨੇ ਅਤੇ ਬੜੀਆਂ ਸੋਹਣੀਆਂ ਜੋਟੀਆਂ ਮਤਲਬ ਕਿ ਲੈ ਆਉਂਦੇ ਨੇ। ਖੈਰ ਦੋਸਤੋ, ਤੁਹਾਨੂੰ ਜੋਟੀ ਦਿਖਾਈ ਹੈ, ਇਹਦੀ ਹੁਣ ਪੱਕੀ ਜੀ ਕੀਮਤ ਦੱਸੋ। 2,05,000 ਤਾਂ ਜ਼ਿਆਦਾ ਹੈ। ਬਿਲਕੁਲ ਜੋਟੀ ਤੁਹਾਡੀ ਚੰਗੀ ਹੈ, ਦੇਖ ਲਈ ਹੈ ਦੋਸਤਾਂ ਸਾਡਿਆਂ ਨੇ ਦੇਖ ਲਈ, ਲੇਕਿਨ 2,00,000 ਵੀ ਢੇਰ ਚੰਗਾ ਹੈ। ਢੇਰ ਚੰਗਾ ਬਾਈ ਜਾਨ, ਪਾਉਂਦੇ ਪਏ ਜੋਟੀਆਂ ਦਾ, ਐਡੀ ਪਾਉਂਦੇ, ਜੋਟੀ ਬਹੁਤ ਖੂਬਸੂਰਤ ਤਸਵੀਰਾਂ ਖਿੱਚਣ ਵਾਲੀ ਜੋਟੀ ਹੈ। ਓ ਬਿਲਕੁਲ ਦੋਸਤਾਂ ਸਾਡਿਆਂ ਨੇ ਦੇਖੀਏ, ਫਿਰ ਇੱਕ ਨਜ਼ਰ ਜਿਹੜਾ ਨਾ ਦਿਖਾ ਦਵੋ ਦੋਸਤਾਂ ਨੂੰ। ਵੈਸੇ ਅੱਛੀ ਤਰ੍ਹਾਂ ਦਿਖਾ ਤੇ ਆਓ ਇੱਧਰ, ਠੀਕ ਹੈ ਦੋਸਤਾਂ ਨੂੰ ਪਹਿਲੇ ਵੀ ਅੱਛੀ ਤਰ੍ਹਾਂ ਦਿਖਾਈ ਜੇ ਅਤੇ ਇੱਧਰ ਲੈ ਆਵੋ ਨਾ ਕੈਮਰਾ ਤੁਸੀਂ। ਅੱਛਾ ਬਾਈ ਅਹਿਸਾਨ, ਠੀਕ ਹੈ ਅਸੀਂ ਮੰਨਦੇ ਹਾਂ ਤੇਰੀ ਮਾਸ਼ਾਅੱਲਾ ਜੋਟੀ ਸੋਹਣੀ ਹੈ ਦੋਸਤਾਂ ਸਾਡੇ ਦੇਖੀਏ, ਅਤੇ ਤੁਸੀਂ ਉਹਨਾਂ ਦੀ ਕੋਈ ਮੇਰੇ ਸਮਝ 2,05,000 ਨਹੀਂ ਆਉਂਦੇ? ਨਹੀਂ ਬਾਈ ਜਾਨ, ਜੋਟੀ ਮੈਂ ਮੁੱਲ ਮੰਗਿਆ ਉਹਨਾਂ ਦਾ ਜਿੰਨਾ ਕੁ ਲੈਣਾ ਹੈ। ਨਹੀਂ ਫਿਰ ਵੀ ਕੋਈ ਗੁੰਜਾਇਸ਼ ਕਰੋ ਨਾ, ਪੱਕੀ ਜੀ ਫਾਈਨਲ ਕੋਈ ਮੈਂ ਗੱਲ ਥੋੜੀ ਨੂੰ ਪੱਕੀ ਕੀਤੀ? ਨਹੀਂ ਕੋਈ ਥੋੜ੍ਹੀ ਜਿਹੀ ਗੁੰਜਾਇਸ਼ ਕਰੋ ਜਿਤਨੇ ਕੁ, ਚਲੋ ਕੋਈ ਸਮਝ 'ਚ ਵੀ ਆਉਂਦੀ ਹੋਵੇ। ਨਹੀਂ ਫਿਰ ਵੀ ਚਲੋ, ਨਹੀਂ ਦਿਖਦੀ ਤੇ ਉਹ ਤੇ ਇੱਕ ਮੁਕੱਦਰ ਦੀ ਗੱਲ ਹੈ, ਫਿਰ ਵੀ ਕੋਈ ਦੱਸੋ ਤਾਂ ਸਹੀ ਕਿੰਨੀ ਗੁੰਜਾਇਸ਼ ਕਰ ਲੈ ਸਕੋ ਤੁਹਾਡੇ ਵਾਸਤੇ ਬਾਈ ਜੀ? ਪੂਰੇ 2 ਦੇ ਦੁਗਾਟ 1 ਰੁਪਈਆ ਨਹੀਂ ਆਉਣਾ। ਪੂਰੇ 2 ਦੇ ਦੁਗਾਟ 1 ਰੁਪਈਆ ਨਹੀਂ ਆਉਣਾ। ਤੁਸੀਂ ਮੁਹੱਬਤ ਹੁਣੇ ਸਾਨੂੰ ਕਰਕੇ ਦਿਖਾਓ। ਮੁਹੱਬਤ ਜਿਹੜੀ ਆਈ ਭਾਈ ਜੀ ਤੁਹਾਡੇ ਘਰ ਛੱਡੀ ਹੈ।
ਤੁਹਾਨੂੰ ਪਤਾ ਅੱਗੇ ਜਿਸ ਟਾਈਮ ਤੋਂ ਜਾਂਦੇ ਹੋ ਤੁਹਾਨੂੰ ਜਿਹੜੇ ਪੱਕੀ ਗੱਲ ਜਿਹੜੇ ਡੰਗਰ ਤੁਹਾਡੇ ਤੁਸੀਂ ਵੇਖ ਕੇ ਗਏ ਹੋ ਵੀਡੀਓ ਬਣਾ ਕੇ ਉਹਦੇ ਵੱਧ ਜੋਟੀ ਦੇ ਦੀ ਹੈ ਬਿਲਕੁਲ ਹੁਣ ਤੁਹਾਨੂੰ ਕਿਹਾ ਸੀ ਵੀ ਅਗਲੀ ਜੋਟੀ ਨੰਬਰ ਆਪਣਾ ਬੋਲੋ ਵੀਡੀਓ ਲੰਬੀ ਹੋ ਰਹੀ ਹੈ ਨੰਬਰ ਬੋਲੋ ਨੰਬਰ ਲਿਖੋ 0304 0304 95 81 7226 7226 ਠੀਕ ਹੋ ਗਿਆ ਇਹ ਬਾਈ ਦਾ ਨੰਬਰ ਹੈ ਠੀਕ ਹੈ ਦੋਸਤੋ ਮਾਸ਼ਾਅੱਲਾ ਜੋਟੀ ਸੋਹਣੀ ਹੈ ਪਹਿਲੇ ਤਾਂ ਮੈਂ ਨਹੀਂ ਇਹਦੇ ਕੋਈ ਬਾਰੇ ਕੋਈ ਦੱਸਿਆ ਮੈਂ ਕਿਹਾ ਚਲੋ ਉਹਨਾਂ ਦੇ ਫਾਈਨਲ ਰੇਟ ਪੁੱਛ ਲਈਏ ਕਿਉਂਕਿ ਤਾਰੀਫ ਕੀਤੀ ਆ ਮਾਲਕ ਫਿਰ ਜ਼ਿਆਦਾ ਅਸੀਂ ਇਹਨੂੰ ਸਮਝਦੇ ਨਾ ਸੋਹਣੀ ਜੋਟੀ ਹੈ ਮਾਸ਼ਾਅੱਲਾ ਪਤਲੀ ਚਮੜੀ ਸੋ ਸਿੰਘ ਵੀ ਸੋਹਣੇ ਸੂ ਥਣ ਜਿਹੜਾ ਨਾ ਬਿਲਕੁਲ ਵਿਰਲਾਂ ਦੇ ਵਿੱਚ ਤੇ ਮੁੱਠੀ ਬਾਰਨ ਨੀਲ ਕਾਲੀ ਹੈ ਅੱਖਾਂ ਵੀ ਬਿਲਕੁਲ ਕਾਲੀਆਂ ਇਸੂ ਗਿਆ ਅਤੇ ਨੀਲੀ ਦਾ ਰਲਾ ਮਹਿਸੂਸ ਹੁੰਦਾ ਹੈਗਾ ਕੱਦ ਬਿਲਕੁਲ ਹਾਈਟ ਸੋਹਣੀ ਇਸੂਗੀ ਬਾਕੀ ਦੋਸਤੋ ਤੁਸੀਂ ਖੁਦ ਦੇਖੀਏ ਮਾਸ਼ਾਅੱਲਾ ਜਿਹਦੇ ਨਸੀਬ ਮੁਕੱਦਰ ਲੈ ਕੇ ਉਹਨੇ ਹੀ ਜਾਣੀ ਹੈ ਠੀਕ ਹੈ ਦੋਸਤੋ ਅਗਰ ਆਉਂਦੀ ਹੈ ਪਸੰਦ ਇਨਸ਼ਾਅੱਲਾ ਬਾਈ ਆਸਾਨ ਨਾਲ ਕੋਸ਼ਿਸ਼ ਕਰਾਂਗੇ ਤੁਹਾਨੂੰ ਕੁਛ ਮੁਨਾਸਿਬ ਕਰਵਾ ਦੇਈਏ ਅਤੇ ਤੁਸੀਂ ਦੇਖ ਕੇ ਪਸੰਦ ਕਰਕੇ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ ਸਾਡੇ ਨਾਲ ਕਰ ਸਕਦੇ ਹੋ ਠੀਕ ਹੈ ਦੋਸਤੋ ਦੇਵੋ ਇਜਾਜ਼ਤ ਅਗਲੀ ਵੀਡੀਓ ਤੱਕ ਫਿਰ ਮਿਲਾਂਗੇ ਖੁਦਾ ਹਾਫਿਜ਼।